ਜੀ ਜਿਸ ਦਿਨ ਦਾ ਮੈਂ ਇਹ ਬੱਕਰੀਆਂ ਬਣਾਈਆਂ ਨੇ, ਮੇਰਾ ਦਿਨ ਬ ਦਿਨ ਜਿਹੜਾ ਪੈਰ ਜਿਹੜਾ ਅੱਲਾ ਦੀ ਜ਼ਾਤ ਨੇ ਮਿਰਗਾ ਸਮੇਂ ਮੇਰੀ ਬਾਂਹ ਫੜ ਲਈ ਹੈ, ਮੇਰਾ ਇੱਕ ਤਰੱਕੀ 'ਚ ਮੈਂ ਜਾ ਰਿਹਾ। ਸਾਡੇ ਨਬੀ ਪਾਕ ਨੇ ਮਤਲਬ ਉਹਨਾਂ ਦੀ ਸੁਨਤ ਵੀ ਹੈ, ਮਿਰਗਾ ਸਮੇਂ ਅੱਲਾ ਦੀ ਜ਼ਾਤ ਵੀ ਆਉਂਦੀ ਹੈ। ਮਰਗ ਜਿਸ ਬੰਦੇ ਦੇ ਘਰ ਗਰੀਬੀ ਹੈ ਉਹ ਬੱਕਰੀ ਮਤਲਬ ਅੱਲਾ ਦੀ ਜ਼ਾਤ ਮਤਲਬ ਆਉਂਦੀ ਹੈ, ਨਾ ਬੰਦਾ ਆਉਂਦਾ ਵੀ ਉਹਨੂੰ ਰੱਖ ਲਏ ਅਤੇ ਅੱਲਾ ਦੀ ਜ਼ਾਤ ਉਹਦੇ 'ਤੇ ਰਹਿਮਤ ਕਰ ਦਿੰਦੀ ਹੈ, ਇੰਨਾ ਕਿ ਮਾਲ ਬਰਕਤ ਵਾਲਾ। ਇਹ ਦੁੱਧ ਮਿਰਗਾ ਸਮੇਂ ਆਮ ਹੈ, ਫਿਰਦ ਜੇ ਕਿਤੇ ਘਰ ਇਹਨਾਂ ਨੂੰ ਦੁੱਧ ਦਾਣਾ ਛਾਣਾ ਪਾਈਏ ਫਿਰ ਤਾਂ ਦੁੱਧ ਮਤਲਬ 5 ਤੋਂ 6 ਕਿਲੋ ਵੀ ਤਾਂ ਪੀਆਂ ਦਿੰਦੀਆਂ ਨੇ, ਅਤੇ ਜੇ ਇੰਝ ਬਾਹਰ ਦੇ ਅੱਲਾ ਦੇ ਆਸਰੇ 'ਤੇ ਪੀਆਂ ਪਾਉਣ ਤਾਂ ਦੁੱਧ ਜਿਹੜਾ 4 ਕਿਲੋ ਸਾਢੇ 4 ਕਿਲੋ 5 ਕਿਲੋ ਬੱਕਰੀ ਪੈ ਦਿੰਦੀ ਹੈ। ਬਹਾਨੇ ਠੀਕ ਹੋਣਦੇ, ਥਣ ਠੀਕ ਹੋਣਦੇ, ਮਿਰਗਾ ਸਮੇਂ ਲੰਮੇ ਥਣ ਹੁੰਦੇ ਵਧੀਆ ਗੋਲ ਬਹਾਨਾ ਵਹਿਦਾ ਮੁੱਠੀ ਥਣ ਹੁੰਦਾ ਮਿਰਗਾ ਸਮੇਂ, ਜਿਵੇਂ ਬੱਕਰੀਆਂ ਦੇ ਤੁਸਾਂ ਵੀ ਵਹਿੰਦੇ ਹੋ ਪਏ। ਅਤੇ ਜੇ ਰੱਜੀਆਂ ਹੋਣ ਤਾਂ ਸ਼ਾਮੀ ਇਹ ਬਹਿੰਦੀਆਂ ਨੇ ਜਿਹੜੇ ਵੇ, ਅਤੇ ਜਿਹੜੇ ਵੇ ਸੌਂਦੀਆਂ ਨੇ ਜਿਹੜੇ ਵੇ, ਅਤੇ ਅੱਲਾ ਤਾਲਾ ਦੇ ਅੱਗੇ ਦੁਆ ਕਰਦੀਆਂ ਵੀ ਯਾ ਬਾਰੀ ਤਾਲਾ ਸਾਨੂੰ ਵੀ ਰਜਾਉਣ ਵਾਲਿਆ, ਅੱਲਾ ਪਾਕ ਉਹਨੂੰ ਰਜਾਏ ਅਤੇ ਉਹਨੂੰ ਰਜਾਉਂਦੀਆਂ ਵੀ ਨੇ ਮਾਸ਼ਾਅੱਲਾ। ਜਿਹੜਾ ਜਿਹੜੀਆਂ ਇਹਨਾਂ ਨੂੰ ਜਿਹੜਾ ਇਹ ਬੰਦੇ ਨੂੰ ਜਿਹੜੇ ਇਹਨਾਂ ਨੂੰ ਰਜਾਉਂਦਾ ਨਾ ਇਹ ਉਹਨੂੰ ਵੀ ਰਜਾਉਂਦੀਆਂ ਨੇ। ਅਸਲਾਮ ਅਲੈਕੁਮ ਜੀ। ਵਾਲੇਕੁਮ ਸਲਾਮ ਸਰ, ਕੀ ਹਾਲ ਹੈ ਜੀ? ਅੱਲਾ ਦਾ ਸ਼ੁਕਰ ਹੈ ਬੜਾ। ਜਨਾਬ ਦਾ ਕੀ ਨਾਮ ਹੈ ਜੀ? ਯੂਸਫ ਮੇਰਾ ਨਾਮ ਹੈ। ਸਰ ਤੁਸੀਂ ਕਿੰਨੇ ਸਾਲਾਂ ਤੋਂ ਬੱਕਰੀਆਂ ਦਾ ਕੰਮ ਕਰਦੇ ਹੋ ਪਏ ਜੀ? 25 ਤੋਂ 30 ਸਾਲ। ਮਾਸ਼ਾਅੱਲਾ, 25-30 ਸਾਲ ਦਾ ਤਜਰਬਾ ਕਿਸ ਤਰ੍ਹਾਂ ਦਾ ਰਿਹਾ ਜੀ? ਬਹੁਤ ਅੱਛਾ ਤਜਰਬਾ। ਮਾਰੇ ਦੋਸਤ ਆ ਇੱਕ, ਮਾਰਾ ਦੋਸਤ ਹੈ ਸ਼ਬੀਰ ਸ਼ਾਹ ਬਸ਼ਤੀ, ਉਸਨੇ ਮੇਰੇ ਕੋ ਬੋਲਾ ਯਾਰਾ ਇਹ ਮੇਰਾ ਗੁਜ਼ਾਰਾ ਕਰ ਰਿਹਾ ਤਾ, ਦਿਹਾੜੀ ਲਾ ਰਿਹਾ ਤਾ, ਉਸਨੇ ਮੇਰੇ ਕੋ ਬੋਲਾ ਇਹ ਯਾਰਾ ਕਾਰੋਬਾਰ ਕਰੋ। ਮੈਨੇ ਇਹ ਕਾਰੋਬਾਰ ਸ਼ੁਰੂ ਕੀਆ, ਅੱਲਾ ਪਾਕ ਨੇ ਮੇਰੀ ਬਾਂਹ ਫੜ ਲਈ ਹੈ ਮਾਸ਼ਾਅੱਲਾ ਜਾ। ਔਰ ਇਹਨਾਂ ਦੇ ਵਿੱਚੋਂ ਇਹਨਾਂ ਨੇ ਬੜਾ ਕੁਝ ਮੈਨੂੰ ਦਿੱਤਾ ਔਰ ਸ਼ੁਕਰ ਹੈ ਅੱਲਾ ਦੀ ਜ਼ਾਤ ਦਾ। ਮੈਂ ਤਾਂ ਉਹਦੀ ਕੁਝ ਵੀ ਨਹੀਂ ਕਰ ਸਕਦਾ, ਮੈਂ ਤਾਂ ਉਹਨੇ 5 ਟਾਈਮ ਰੱਖੇ ਨੇ ਤਾਂ ਮੈਂ ਉਹਦੀ ਨਮਾਜ਼ ਵੀ ਨਹੀਂ ਪੜ੍ਹ ਸਕਦਾ, ਅਤੇ ਅੱਲਾ ਦਾ ਬੜਾ ਆਸਾਨ ਹੈ ਮੇਰੇ 'ਤੇ। ਮੈਂ ਬਾਲ ਬੱਚੇ ਇਹਨਾਂ ਦੇ ਵਿੱਚੋਂ ਪਿਆ ਪਾਲਣਾ, ਦੁਨੀਆਦਾਰੀ ਇਹਨਾਂ ਦੇ ਵਿੱਚੋਂ ਪਿਆ ਚਲਾਉਂਦਾ ਵਾਂ ਮਾਸ਼ਾਅੱਲਾ, ਬਹੁਤ ਅੱਲਾ ਦਾ ਆਸਾਨ ਹੈ ਜੀ। ਅਤੇ ਸਰ ਤੁਸੀਂ 25-30 ਸਾਲ 'ਚ ਇਸ ਕੰਮ ਤੋਂ ਕੀ ਕਾਮਯਾਬੀ ਹਾਸਲ ਕੀਤੀ ਹੈ, ਇਹਨਾਂ ਤੋਂ ਕੀ ਕੋਈ ਕਮਾਇਆ, ਤੁਹਾਡਾ 25-30 ਸਾਲ ਦਾ ਸਫ਼ਰ ਕਿਸ ਤਰ੍ਹਾਂ ਦਾ ਰਿਹਾ ਜੀ? ਜਿਸ ਦਿਨ ਦਾ ਮੈਂ ਇਹ ਬੱਕਰੀਆਂ ਬਣਾਈਆਂ ਨੇ, ਮੇਰਾ ਦਿਨ ਬ ਦਿਨ ਜਿਹੜਾ ਪੈਰ ਜਿਹੜਾ ਅੱਲਾ ਦੀ ਜ਼ਾਤ ਨੇ ਮਿਰਗਾ ਸਮੇਂ ਮੇਰੀ ਬਾਂਹ ਫੜ ਲਈ ਹੈ, ਮੇਰਾ ਇੱਕ ਤਰੱਕੀ 'ਚ ਮੈਂ ਜਾ ਰਿਹਾ। ਮਾਸ਼ਾਅੱਲਾ, ਯਾਨੀ ਕਿ ਇਹ ਕੰਮ ਬਰਕਤ ਵਾਲਾ ਜੀ? ਬਰਕਤ ਵਾਲਾ। ਸਾਡੇ ਨਬੀ ਪਾਕ ਨੇ ਮਤਲਬ ਉਹਨਾਂ ਦੀ ਸੁਨਤ ਵੀ ਹੈ, ਮਿਰਗਾ ਸਮੇਂ ਅੱਲਾ ਦੀ ਜ਼ਾਤ ਵੀ ਆਉਂਦੀ ਹੈ। ਮਰਗ ਜਿਸ ਬੰਦੇ ਦੇ ਘਰ ਗਰੀਬੀ ਹੈ ਉਹ ਬੱਕਰੀ ਮਤਲਬ ਅੱਲਾ ਦੀ ਜ਼ਾਤ ਮਤਲਬ ਆਉਂਦੀ ਹੈ, ਨਾ ਬੰਦਾ ਆਉਂਦਾ ਵੀ ਉਹਨੂੰ ਰੱਖ ਲਏ ਅਤੇ ਅੱਲਾ ਦੀ ਜ਼ਾਤ ਉਹਦੇ 'ਤੇ ਰਹਿਮਤ ਕਰ ਦਿੰਦੀ ਹੈ, ਇੰਨਾ ਕਿ ਮਾਲ ਬਰਕਤ ਵਾਲਾ। ਠੀਕ ਹੈ ਜੀ। ਮਾਸ਼ਾਅੱਲਾ ਸਰ, ਇਹ ਜਿਹੜੀ ਨਸਲਾਂ ਤੁਸੀਂ ਪਾਲੀਆਂ ਨੇ ਇਹਨਾਂ ਦੇ ਰੰਗ ਬੜੇ ਸੋਹਣੇ ਨੇ, ਇਹਨਾਂ ਨੂੰ ਵੇਖ ਕੇ ਦਿਲ ਖੁਸ਼ ਹੁੰਦਾ। ਇਸ ਤੋਂ ਪਹਿਲੇ ਅਸੀਂ ਸਿਆਲਕੋਟ ਦੇ ਇਲਾਕੇ ਨਾਰੋਵਾਲ ਦੇ ਇਲਾਕੇ 'ਚ ਕਾਫੀ ਜ਼ਿਆਦਾ ਵੀਡੀਓਜ਼ ਬਣਾਈਆਂ ਨੇ, ਇਹ ਜਿਹੜੀ ਨਸਲ ਹੈ ਦੋਸਤਾਂ ਨੂੰ ਇਹਦਾ ਮੁਕੰਮਲ ਤਾਰਫ ਕਰਵਾਓ ਕਿ ਕਿਹੜੀ ਕਿਹੜੀ ਤੁਹਾਡੇ ਕੋਲ ਨਸਲ ਮੌਜੂਦ ਹੈ, ਇਹਦੀ ਕੀ ਪਹਿਚਾਣ ਹੈ, ਇਹਦੀ ਕੀ ਖੂਬੀ ਹੈ। ਜੀ ਭਾਅ ਜੀ, ਇਹ ਬੀਤਲ ਨਸਲ ਹੈ, ਬਿਲਕੁਲ ਇਹ ਦੇਸੀ ਨਸਲ ਹੈ। ਅੱਛਾ, ਸਾਡੇ ਗੁਜਰਾਤ ਦਾ ਮਸ਼ਹੂਰ ਹੈ ਰੰਗ। ਅੱਛਾ ਜੀ, ਬਿਲਕੁਲ ਕਿਧਰੇ ਵੀ ਦੁਨੀਆਂ ਦੇ ਕਿਸੇ ਕੋਨੇ ਦੇ ਲੱਗੇ ਜਾਓ, ਗੁਜਰਾਤ ਦਾ ਰੰਗ ਜਿਹੜਾ ਤੁਹਾਨੂੰ ਬਹੁਤ ਨਜ਼ਰੀ ਘੱਟ ਆਵੇਦਾ, ਜ਼ਿਲ੍ਹੇ ਗੁਜਰਾਤ ਵਿੱਚ ਰੰਗ ਆਵੇਦਾ ਨਜ਼ਰੀ। ਅੱਛਾ, ਇਹ ਜਿਹੜਾ ਸਾਹਮਣੇ ਬਰੀਡਰ ਹੈ, ਇਹਨੂੰ ਤੁਸੀਂ ਕੀ ਬੋਲਦੇ ਹੋ ਆਪਣੀ ਜ਼ਬਾਨ 'ਚ? ਅਸੀਂ ਇਹਨੂੰ ਬੱਕਰਾ ਬੋਲਦੇ ਹਾਂ। ਬੀਤਲ, ਇਹ ਨਸਲ ਕਿਹੜੀ ਹੈ ਜੀ? ਇਹ ਬੀਤਲ ਹੈ ਬੜਾ ਦੇਸੀ। ਅੱਛਾ, ਦੇਸੀ ਹੈ, ਠੀਕ ਹੈ। ਜਿਹੜੇ ਵਿੱਚ ਡੱਬੇ ਨੇ ਇਹਦਾ ਕੋਈ ਖਾਸ ਨਾ ਹੈ ਜੀ? ਛੀਣੇ। ਛੀਣੇ ਜੀ, ਛੀਣੇ ਬੋਲਦੇ ਹਾਂ ਅਸੀਂ। ਅੱਛਾ, ਮਾਸ਼ਾਅੱਲਾ, ਯਾਨੀ ਕਿ ਇਹ ਜਿਹੜੀ ਨਸਲ ਹੈ ਦੇਸੀ ਹੈ, ਵੈਸੇ ਤੁਸੀਂ ਇਹਨੂੰ ਛੀਣੇ ਕਹਿੰਦੇ ਹੋ ਜੀ? ਜੀ, ਠੀਕ ਹੈ।
ਮਾਸ਼ਾਅੱਲਾ। ਉਹ ਤੁਹਾਡੇ ਸਿਆਲਕੋਟ ਦੇ ਜਿਹੜੀ ਆ ਨਾ ਉਹ ਦੂਸਰਾ ਰੰਗ ਹੈ, ਉਹ ਕੱਕਾ ਜਿਹਾ ਰੰਗ ਹੈ, ਮਤਲਬ ਅਸੀਂ ਉਹਨੂੰ ਨਹੀਂ ਮਤਲਬ ਸਾਡੇ ਬੰਦੇ ਨਹੀਂ ਪਸੰਦ ਕਰਦੇ, ਉਧਰ ਦੇ ਬੰਦੇ ਜਿਹੜੇ ਨੇ ਉਹਨਾਂ ਨੂੰ ਪਸੰਦ ਕਰਦੇ। ਠੀਕ ਹੈ ਜੀ। ਇਹ ਸਰ ਇਹ ਜਿਹੜੀ ਨਸਲ ਆ ਸਾਹਮਣੇ, ਇਹ ਜਿਹੜੀ ਬੱਕਰੀ ਹੈ ਜੀ, ਇਹ ਕਿਹੜੀ ਨਸਲ ਹੈ? ਇਹ ਭਾਜੀ ਲੋਹੀ ਹੈ। ਲੋਹੀ ਜੀ। ਲੋਹੀ ਦੀ ਕੋਈ ਪਛਾਣ ਦੱਸੋ ਜੀ? ਪਛਾਣ ਇਹਦਾ ਕਲਰ ਹੈ, ਮਤਲਬ ਇਹ ਕਲਰ ਹੋਵੇ ਦਾ ਮਰਗਾ ਸਾਹਿਬ, ਦੇਖੋ ਇਹਦੀ ਬੂਥੀ ਕਾਸੀ ਹੈ, ਅੱਛੀ ਹੈ। ਠੀਕ ਹੈ। ਇਹ ਕਲਰ ਮਤਲਬ ਸਾਰਾ ਇੱਕ ਹੋਏ ਦਾ ਜੀ ਜੀ। ਔਰ ਇਹ ਜਿਹੜਾ ਇਸ ਕੋ ਤੇਲਾ ਬੋਲਦੇ ਆ। ਠੀਕ ਹੈ। ਮਾਸ਼ਾਅੱਲਾ ਇਹ ਜਿਹੜੀ ਇਹ ਬੱਕਰਾ ਉੱਠਿਆ, ਇਹ ਕਲਰ ਵੀ ਬੜਾ ਖੂਬਸੂਰਤ ਹੈ, ਇਹ ਵੀ ਅਸ਼ੀਨ ਹੈ ਜੀ? ਅਸ਼ੀਨਾ ਇਸ ਬੱਕਰੀ ਦਾ, ਅਸ਼ੀਨਾ ਮਾ ਆਪਣੀ ਮਾਂ ਆ ਰਿਹਾ। ਅੱਛਾ, ਇਹ ਦੀ ਮਾਂ ਹੈ ਜੀ ਜੀ, ਉਹ ਬਰੀਡਰ ਅੱਗੇ ਜਾ ਰਿਹਾ ਜੀ ਜੀ। ਠੀਕ ਹੈ ਮਾਸ਼ਾਅੱਲਾ। ਯਾਨੀ ਕਿ ਲੋਈ ਸ਼ੀਨਾ ਤੇ ਤੀਸਰੀ ਨਸਲ ਕਿਹੜੀ ਹੈ? ਤੇਲੀ ਸ਼ੀਣੀ ਜੀ ਕਰਕੇ ਬੋਲਦੇ ਆ। ਤੇਲੀ ਸ਼ੀਣੀ, ਉਹ ਵੀ ਦਿਖਾਓ। ਇਹ ਤੇਲੀ ਸ਼ੀਣੀ ਆ ਰਹਾ ਜੀ, ਬੱਲੀ ਵੇ ਨੂੰ ਆਖ ਲਈਦਾ, ਤੇਲੀ ਸ਼ੀਣੀ ਵੀ ਆਖ ਲਈਦਾ। ਹੂੰ। ਇਹ ਦੂਸਰੀ ਮਤਲਬ ਤੇਲੀ ਸ਼ੀਣੀ, ਉਹਨੂੰ ਵੀ ਆਖ ਲਈਦਾ, ਉਹ ਤੇਲੀ ਸ਼ੀਣੀ ਹੈ, ਤੇਲੀ ਸ਼ੀਣੀ ਹੈ। ਹੂੰ ਜੀ। ਮਾਸ਼ਾਅੱਲਾ, ਯਾਨੀ ਕਿ ਇਹ ਬੱਲੀ ਸ਼ੀਣੀ ਤੇ ਤੇਲੀ ਸ਼ੀਣੀ ਤਿੰਨ ਨਸਲਾਂ ਜੀ ਜੀ। ਮਾਸ਼ਾਅੱਲਾ, ਸੋਹਣੀ ਨਸਲ ਹੈ, ਸੋਹਣਾ ਇਹਨਾਂ ਦੇ ਰੰਗ ਨੇ, ਸੋਹਣੇ ਇਹਨਾਂ ਦੇ ਵਜੂਦ ਨੇ। ਤੇ ਸਰ ਇਹ ਜਿਹੜੀਆਂ ਨਸਲਾਂ ਤੁਸੀਂ ਪਾਲੀਆਂ ਨੇ ਜੀ, ਇਹਨਾਂ ਦੀ ਕੀ ਕੋਈ ਹੋਬੀ ਹੈ ਕਿ ਤੁਸੀਂ ਇਹ ਜਿਹੜੀਆਂ ਨਸਲਾਂ ਰੱਖੀਆਂ ਨੇ ਇਹਨਾਂ ਨੂੰ 25-30 ਸਾਲ ਤੋਂ ਪਾਲਦੇ ਆ ਰਹੇ ਹੋ? ਨਾਗਰੀ ਨਸਲ ਵੀ ਹੈ, ਬੀਤਲ ਵੀ ਹੈ, ਅੰਮ੍ਰਿਤਸਰੀ ਵੀ ਹੈ ਜੀ ਜੀ, ਸਿਆਲਕੋਟੀ ਵੀ ਹੈ ਜੀ ਜੀ, ਤੁਸੀਂ ਇਹਨਾਂ ਨੂੰ ਕਿਉਂ ਪਸੰਦ ਕਰਦੇ ਹੋ ਜੀ? ਸਾਡੇ ਬੰਦੇ ਜਿਹੜੇ ਨੇ ਨਾ, ਜਿਹੜੇ ਜ਼ਿਲ੍ਹੇ ਗੁਜਰਾਤ ਦੇ ਬੰਦੇ ਨੇ ਜਾਂ ਦੂਸਰੇ ਵੀ ਜਿਹੜੇ ਨੇ, ਸਾਡੇ ਬੰਦੇ ਇਹਨਾਂ ਨੂੰ ਬਹੁਤਾ ਪਸੰਦ ਕਰਦੇ ਨੇ। ਅੱਛਾ, ਫਿਰ ਦੁਨੀਆਂ ਦੇ ਕਿਸੇ ਕੋਨੇ ਦਾ ਵੀ ਲੱਗ ਜਾਓ, ਸਾਡਾ ਜ਼ਿਲ੍ਹੇ ਗੁਜਰਾਤ ਦਾ ਉੱਥੇ ਰੰਗ ਜਾਇਦਾ, ਜਿਹੜੇ ਆਖਣ ਬੰਦੇ ਦੂਰ ਤੱਕ ਆਖਦੇ ਵੀ ਜ਼ਿਲ੍ਹੇ ਗੁਜਰਾਤ ਵਿੱਚੋਂ ਇਹ ਲਿਆ ਜਾਨਵਰ ਆਏ ਆ। ਯਾਨੀ ਕਿ ਤੁਹਾਡਾ ਜਿਹੜਾ ਜ਼ਿਲ੍ਹਾ ਗੁਜਰਾਤ ਇਹਦੀ ਆਪਣੀ ਇੱਕ ਖਾਸ ਪਹਿਚਾਣ ਆ ਬੱਕਰੀਆਂ ਦੇ ਹਵਾਲੇ ਨਾਲ ਜੀ ਜੀ। ਮਾਸ਼ਾਅੱਲਾ, ਵੀ ਮਤਲਬ ਪਛਾਣ ਬੰਦੇ ਆਖਦੇ ਵੀ ਆ ਗੁਜਰਾਤ ਤੋਂ ਆਈ ਆ ਰੰਗ, ਹੋਰ ਕਿਸੇ ਹੋਰ ਕਿਸੇ ਇਲਾਕੇ ਵਿੱਚ ਆ ਰੰਗ ਨਹੀਂ ਆ। ਠੀਕ ਹੈ। ਸਵਾਲ ਜ਼ਿਲ੍ਹੇ ਗੁਜਰਾਤ ਤੋਂ ਖੂਬਸੂਰਤੀ ਤੇ ਇਹਨਾਂ ਦੀ ਹੈ ਵੀ ਮੰਨਣੇ ਆ ਜੀ, ਲੇਕਿਨ ਜਿਹੜੀ ਦੁੱਧ ਦੀ ਪੈਦਾਵਾਰ ਹੈ, ਜਿਹੜੀ ਗੋਸ਼ਤ ਦੀ ਪੈਦਾਵਾਰ ਹੈ, ਉਹਦੇ ਹਵਾਲੇ ਨਾਲ ਵੀ ਥੋੜਾ ਜ਼ਿਕਰ ਕਰੋ ਨਾ ਜੀ। ਦੁੱਧ ਮਰਗਾ ਸਵੇ ਆਮ ਹੈ, ਫਿਰ ਜੇ ਕਿਤੇ ਘਰ ਇਹਨਾਂ ਨੂੰ ਦੁੱਧ ਦਾਣਾ ਛਾਣਾ ਪਾਈਏ, ਫਿਰ ਤਾਂ ਦੁੱਧ ਮਤਲਬ 5-6 ਕਿਲੋ ਵੀ ਤੇ ਪੀਆਂ ਦੇਂਦੀਆਂ ਨੇ। ਅਤੇ ਜੇ ਇੰਝ ਬਾਹਰ ਦੇ ਅੱਲਾ ਦੇ ਆਸਰੇ ਤੇ ਪੀਆਂ ਪਾਉਣ ਤੇ ਦੁੱਧ ਜਿਹੜਾ 4-4.5 ਕਿਲੋ ਬੱਕਰੀ ਪੇ ਦਿੰਦੀ ਹੈ। ਅੱਛਾ। ਔਰ ਸਾਰੀਆਂ ਬੱਕਰੀਆਂ ਤਾਂ ਨਹੀਂ ਦਿੰਦੀਆਂ, ਵਿੱਚ ਮਤਲਬ ਇੰਜੇ ਵੀ ਹੁੰਦੀਆਂ ਨੇ। ਮਾਸ਼ਾਅੱਲਾ ਜੀ। ਤੇ ਇਸ ਟਾਈਮ ਤੁਹਾਡੇ ਕੋਲ ਟੋਟਲ ਕਿੰਨੀਆਂ ਬੱਕਰੀਆਂ ਨੇ? ਸਾਡੇ ਕੋਲ ਇਸ ਟਾਈਮ ਜਨਾਬ ਕੋਈ 40 ਭਾਰੂ ਨੇ। ਅੱਛਾ, ਤੇ ਇਹਨਾਂ 'ਚੋਂ ਕਿੰਨੀਆਂ ਬੱਕਰੀਆਂ ਦੁੱਧ ਦੇ ਰਹੀਆਂ ਨੇ? ਇਹਨਾਂ 'ਚੋਂ ਬੱਕਰੀਆਂ ਕੋਈ ਅਸੀਂ ਚਾਹੁੰਦੇ ਹਾਂ ਕੋਈ 12-13 ਬਾਰਾਂ ਤੇਰਾਂ ਬੱਕਰੀਆਂ ਦਾ ਰੋਜ਼ਾਨਾ ਦਾ ਕਿੰਨਾ ਦੁੱਧ ਹਾਸਲ ਹੋਈ ਜਾਂਦਾ? ਅਸੀਂ ਇਹਨਾਂ ਦਾ ਦੁੱਧ ਦਿੰਦੇ ਹਾਂ ਕੋਈ 20 ਕਿਲੋ। ਮਾਸ਼ਾਅੱਲਾ, ਤੇ ਦੁੱਧ ਦਾ ਕੀ ਰੇਟ ਮਿਲਦਾ? ਦੁੱਧ ਦਾ ਰੇਟ 70 ਰੁਪਏ। 70 ਰੁਪਏ, ਯਾਨੀ ਕੋਈ 1400-1600 ਤੁਸੀਂ ਰੋਜ਼ਾਨਾ ਦੁੱਧ ਵੀ ਸੇਲ ਕਰ ਲੈਂਦੇ ਹੋ? ਜੀ ਜੀ ਜੀ। ਤੇ ਇਸ ਤੋਂ ਇਲਾਵਾ ਸਰ ਇਹ ਬੱਕਰੀਆਂ ਤੋਂ ਤੁਹਾਡਾ ਜਿਹੜਾ ਜ਼ਰੀਆ ਆਮਦਨੀ, ਦੁੱਧ ਸੇਲ ਕਰਨਾ ਹੈ, ਹੋਰ ਇਹਨਾਂ ਦੇ ਕੀ ਛੋਟੇ ਬੱਚੇ ਸੇਲ ਕਰਦੇ ਹੋ ਜਾਂ ਕਿ ਜਿਹੜੇ ਬੱਕਰੇ ਨੇ ਉਹ ਈਦ ਉੱਤੇ ਸੇਲ ਕਰਦੇ ਹੋ? ਜੀ ਸਰ, ਛੋਟੇ ਬੱਚੇ ਆਪਣੀ ਜ਼ਰੂਰਤ ਨਾਲ ਦੇ ਲਈਦੇ ਨੇ, ਉਹ ਫਿਰ ਈਦ ਤੇ ਜਾ ਕੇ ਦੇਈਦੇ ਨੇ। ਅੱਛਾ ਜੀ ਜੀ। ਹਰ ਸਾਲ ਈਦ ਤੇ ਕਿੰਨੇ ਕੁ ਦਾ ਮਾਲ ਸੇਲ ਹੋ ਜਾਂਦਾ? ਕੋਈ 2-3 ਲੱਖ ਦਾ ਦੇ ਛੜੀ ਦਾ। ਅੱਛਾ ਜੀ ਜੀ, ਮਾਸ਼ਾਅੱਲਾ। ਤੇ ਸਰ ਦੋਸਤਾਂ ਨੂੰ ਦੱਸੋ ਕਿ ਅਗਰ ਕੋਈ ਭਾਈ ਇਹ ਜਿਹੜੀ ਨਸਲ ਤੁਹਾਡੇ ਕੋਲ ਇਹਦੀ ਬੱਕਰੀ ਲੈਣਾ ਚਾਹੁੰਦਾ ਹੈ ਤੇ ਇਹਨਾਂ ਦੀ ਕੀਮਤ ਕੀ ਹੈ, ਤੇ ਜਿਹੜੀ ਚੰਗੀ ਬੱਕਰੀ ਹੈ ਇਹਦੀ ਕੋਈ ਨਿਸ਼ਾਨੀ ਵੀ ਦੱਸੋ ਕਿ ਮੂੰਹ ਮੱਥਾ ਦਾ ਵਜੂਦ ਕਿਸ ਕਿਸਮ ਦਾ ਹੁੰਦਾ ਹੈ? ਜੀ, ਬੱਕਰੀ ਮਤਲਬ ਕੋਲ ਆਏ ਬੰਦੇ ਦੇ ਮਤਲਬ ਕਲਰ ਦੇ ਉੱਤੇ ਮਤਲਬ ਦਿਸ ਪੈਂਦਾ ਵੀ ਆਹ ਬੱਕਰੀ ਹੈ ਫਲਾਣੀ ਹੈ। ਸਾਰੀਆਂ ਬੱਕਰੀਆਂ ਜ਼ਿਲ੍ਹੇ ਗੁਜਰਾਤ ਦੀਆਂ ਵੀ ਦਿਸਦੀਆਂ ਹੁੰਦੀਆਂ ਨੇ ਪਈਆਂ, ਸਿਆਲਕੋਟ ਦੀਆਂ ਬੱਕਰੀਆਂ ਨੇ, ਉਹਨਾਂ ਦਾ ਕਲਰ ਹੋਰ ਹੈ, ਉਹਨਾਂ ਦਾ ਮੂੰਹ ਚਿੱਤ ਹੋਰ ਹੈ, ਇਹਨਾਂ ਦੀਆਂ ਸਿੰਗੀਆਂ ਹੋਰ ਨੇ, ਉਹਨਾਂ ਦੇ ਸਿੰਘ ਹੋਰ ਨੇ,
ਇਹ ਨਸਲ ਨਸਲ ਦੇ ਪੈਸੇ ਹੁੰਦੇ ਨੇ। ਯੂਸਫ ਸਾਹਿਬ ਤੁਹਾਡੀ ਗੱਲ ਬਜਾਏ, ਲੇਕਿਨ ਚਾਹੇ ਸਿਆਲਕੋਟ ਦੀ ਨਸਲ ਏ ਚਾਹੇ ਨਾਗਰੀ ਨਸਲ ਏ, ਹਰ ਇੱਕ ਬੱਕਰੀ ਤੇ ਚੰਗੀ ਨਹੀਂ ਹੁੰਦੀ ਜੀ। ਪੰਜ ਉਂਗਲਾਂ ਨੇ ਇੱਕੋ ਜਿਹੀਆਂ ਨਹੀਂ ਹੁੰਦੀਆਂ ਜੀ, ਇਹ ਫਰਕੋ ਫਰਕੀ ਹੁੰਦੀਆਂ। ਤੇ ਜਿਹੜੀ ਚੰਗੀ ਬੱਕਰੀ ਮੁੱਲ ਵੀ ਜਿਹੜਾ ਉਹ ਫਰਕੋ ਫਰਕੀ ਹੁੰਦਾ। ਬਿਲਕੁਲ, ਉਹ ਪੰਜਾਬੀ ਚਾਹੁੰਦੇ ਨੇ ਇਹਨਾਂ ਵਿੱਚ ਜਿੰਨਾ ਗੁੜ ਪਾਈਏ ਮਿੱਠਾ ਉਨਾ ਹੁੰਦਾ। ਤੇ ਸਰ ਫਿਰ ਜਿਹੜੀ ਇਹ ਤੁਹਾਡੇ ਕੋਲ ਜਿਹੜੀ ਨਸਲ ਏ, ਅਗਰ ਕੋਈ ਚਾਹੁੰਦਾ ਕਿ ਮੈਨੂੰ ਤੁਹਾਡੀ ਨਸਲ ਦੀ ਬੱਕਰੀ ਚੰਗੀ ਲੱਭੇ, ਇਹ ਰੰਗ ਤੇ ਉਹਨੂੰ ਪਤਾ ਲੱਗ ਗਿਆ, ਉਹਦੀਆਂ ਹੋਰ ਦੱਸੋ ਨਿਸ਼ਾਨੀਆਂ, ਮੂੰਹ ਮੱਥਾ, ਉਹਦਾ ਵਜੂਦ, ਵਾਨੀ ਵਗੈਰਾ ਕਿਸ ਕਿਸਮ ਦੀ ਹੋਏ? ਵਾਨੇ ਠੀਕ ਹੋਣਦੇ, ਥਣ ਠੀਕ ਹੋਣਦੇ, ਮਰਗਾ ਲੰਮੇ ਥਣ ਹੁੰਦੇ, ਵਧੀਆ ਗੋਲ ਵਾਨਾ ਹੋਵੇ, ਦਾ ਮੁੱਠੀ ਥਣ ਹੁੰਦਾ ਮਰਗਾ ਸਮ, ਜਿਵੇਂ ਬੱਕਰੀਆਂ ਦੇ ਤੁਸਾਂ ਵੀ ਵਹਿੰਦੇ ਹੋ ਪਿਆ। ਇਹ ਬੱਕਰੀ ਅੱਛੀ ਹੋਈ ਦੀ ਜੀ, ਤੇ ਇਹਦਾ ਕੀ ਰੇਟ ਚੱਲਦਾ ਪਿਆ? ਅਸੀਂ ਇਹ ਬੱਕਰੀ ਬਦਲ ਅੱਗੇ ਦਿੱਤੀ, ਇਹਦੇ ਨਾਲ ਦੀ ਅਸਾਂ 1,10,000 ਦੀ। ਉਹ ਸੂਈ ਸੀ ਜੇ ਸੂਣ ਵਾਲੀ ਸੱਚ? ਇੱਕ ਕਿੰਨੇ ਕੁ ਦਿਨ ਰਹਿ ਗਏ ਹਨ? ਕੋਈ ਮਹੀਨਾ ਕੁ ਰਹਿੰਦਾ ਹਜੇ। ਠੀਕ ਹੈ ਜੀ। ਤੇ ਸਰ ਦੋਸਤਾਂ ਨੂੰ ਇਹਨਾਂ ਦੀ ਜਿਹੜੀ ਖੁਰਾਕ ਏ, ਅੱਜ ਕੱਲ੍ਹ ਗਰਮੀ ਦਾ ਮੌਸਮ ਏ, ਗਰਮੀ 'ਚ ਜਿਹੜੀ ਇਹਨਾਂ ਦੀ ਰੂਟੀਨ ਏ ਸੁਬਹਾ ਤੋਂ ਲੈ ਕੇ ਸ਼ਾਮ ਤੱਕ, ਉਹ ਜ਼ਰਾ ਤਸੱਲੀ ਨਾਲ ਤਫਸੀਲ ਨਾਲ ਦੱਸੋ। ਭਾਈ ਜਾਨ, ਸਵੇਰੇ ਅਸੀਂ ਘਰੋਂ ਕੱਢਦੇ ਹਾਂ ਕੋਈ 10, 10:30 ਵਜੇ ਨਾਲ 11 ਵਜੇ ਨਾਲ, ਬਾਹਰ ਲਿਆਂਦਾ ਪਾਣੀ ਛਿੰਡਾ ਆ ਕਿਤੇ ਛਾਵੇਂ ਬਹਿ ਗਈਆਂ, ਇਹਨਾਂ ਇਸ ਟਾਈਮ ਨਾਲ ਮਤਲਬ ਝਟਕ ਚੁੱਗਣਾ ਹੁੰਦਾ। ਔਰ ਜਿਹੜੇ ਬੰਦੇ ਉਹ ਫਾਰਮ ਜਿੰਨਾ ਬਣਾਇਆ, ਉਹ ਤਾਂ ਬੜਾ ਦਾਣਾ ਛਾਣਾ ਪਾਉਂਦੇ ਨੇ, ਅੱਗਾ ਪਿੱਛਾ ਕਰਦੇ ਨੇ। ਅਸੀਂ ਇਹਨਾਂ ਨੂੰ ਦਾਣਾ ਛਾਣਾ ਨਹੀਂ, ਅਸੀਂ ਇਹਨਾਂ ਨੂੰ ਡਾਹਣੀਆਂ ਪਾਉਂਦੇ ਹਾਂ, ਇਹ ਪੱਤਰ ਛੱਤਰ। ਅਤੇ ਉਹ ਅੱਲਾ ਦਾ ਸ਼ੁਕਰ ਹੈ ਮੇਰੇ ਕਾਸ, ਉਹ ਬੜਾ ਇਹਨਾਂ ਦੀ ਖੁਰਾਕ ਹੈ। ਅੱਗੇ ਤਾਂ ਬੜਾ ਕੰਮ ਸੀ, ਹੁਣ ਲੋਕਾਂ ਨੇ ਗੈਸ ਗੂਸ ਲਵਾ ਲਈ, ਹੁਣ ਘੱਟ ਗਿਆ ਕੰਮ, ਬੜਾ ਦਾ ਗੁਜ਼ਾਰਾ ਆਪਣਾ ਇਹ ਕਰ ਲੈਂਦੀਆਂ ਨੇ। ਇਹ ਆਉਂਦੀਆਂ ਵੀ ਬੰਦਾ ਤੰਦਰੁਸਤੀ ਦਾ ਹੋਣਾ ਚਾਹੀਦਾ ਸਾਡੇ, ਮਗਰ ਰੱਜ ਅਸੀਂ ਆਪ ਲਾਉਂਦੀਆਂ। ਠੀਕ ਹੈ, ਜਿਵੇਂ ਕਿ ਜਿਹਨੇ ਚਰਾਈ ਕਰਾਉਣੀ ਹੈ ਉਹ ਵੀ ਬੰਦਾ ਤੰਦਰੁਸਤੀ ਹੋਏ ਜਾਵੇ, ਸਾਰੇ ਮੇਰੇ ਕਾਸ ਇਹਨਾਂ ਦੇ ਟੁਰਨ ਮਗਰ, ਜਿਹੜਾ ਜਿਹਨੇ ਟੁਰਨਾ ਉਹ ਤੰਦਰੁਸਤ ਬੰਦਾ ਹੋਏ, ਤਾਂ ਬਿਮਾਰ ਬੰਦਾ ਤਾਂ ਨਹੀਂ ਨਾ ਜੀ ਜੀ। ਅਤੇ ਜੇ ਰੱਜੀਆਂ ਹੋਣ ਤਾਂ ਸ਼ਾਮੀ ਇਹ ਬਹਿੰਦੀਆਂ ਨੇ ਜਿਹੜੇ ਵੇ, ਅਤੇ ਜਿਹੜੇ ਵੇ ਸੌਂਦੀਆਂ ਨੇ ਜਿਹੜੇ ਵੇ, ਅਤੇ ਅੱਲਾਹ ਤਾਲਾ ਦੇ ਅੱਗੇ ਦੁਆ ਕਰਦੀਆਂ ਵੀ ਯਾ ਬਾਰੀ ਤਾਲਾ ਸਾਨੂੰ ਵੀ ਰਜਾਉਣ ਵਾਲਿਆ, ਅੱਲਾਹ ਪਾਕ ਉਹਨੂੰ ਰਜਾਏ, ਅਤੇ ਉਹਨੂੰ ਰਜਾਉਂਦੀਆਂ ਵੀ ਨੇ ਮਾਸ਼ਾਅੱਲਾ। ਜਿਹੜਾ ਜਿਹੜੀਆਂ ਇਹਨਾਂ ਨੂੰ ਜਿਹੜਾ ਇਹ ਬੰਦੇ ਨੂੰ ਜਿਹੜੇ ਇਹਨਾਂ ਨੂੰ ਜਾਂਦਾ ਨਾ, ਇਹ ਉਹਨੂੰ ਵੀ ਰਜਾਉਂਦੀਆਂ ਨੇ ਬੇਸ਼ੱਕ ਜਾ। ਤੇ ਅੱਜ ਕੱਲ੍ਹ ਤੁਸੀਂ ਸਿਰਫ ਇਹਨਾਂ ਦੀ ਚਰਾਈ ਕਰਾਉਂਦੇ ਹੋ, ਕੋਈ ਗੰਦਮ ਕੋਈ ਚਾਰਾ ਵਗੈਰਾ ਬਿਲਕੁਲ ਨਹੀਂ ਖਿਲਾਉਂਦੇ? ਬਿਲਕੁਲ ਨਹੀਂ, ਅੱਜ ਕੱਲ੍ਹ ਸਿਰਫ ਡਾਹਣੀਆਂ ਛਾਣੀਆਂ, ਪੱਤਰ ਛੱਤਰ ਪਾਈਦੇ ਨੇ ਬਾਹਰ, ਮਤਲਬ ਬੂਟੀ ਛੁੱਟੀ ਬੜੀ ਹੈ। ਇਹ ਪੱਤਰ ਕਿਹਦੇ ਇਸਤੇਮਾਲ ਕਰਦੇ? ਤੂਤਾਂ ਦੇ ਹੋ ਗਏ, ਤਰੇਕ ਦੇ ਹੋ ਗਏ, ਮਰਗਾ ਅੱਜ ਕੱਲ੍ਹ ਇਹ ਪਾਈਦੇ ਨੇ। ਇਹ ਮਿਲ ਜਾਂਦੇ ਨੇ ਅੱਜ ਕੱਲ੍ਹ ਜੀ? ਬਹੁਤ ਮਿਲਦੇ ਨੇ। ਤੇ ਸਰਦੀ ਵਿੱਚ ਇਹਨਾਂ ਦੀ ਕੀ ਰੂਟੀਨ ਹੁੰਦੀ? ਸਰਦੀ ਵਿੱਚ ਘਰ ਫਿਰ ਕੋਈ ਦਾਣੇ ਛਾਣੇ ਵੀ ਪਾ ਲਈਦੇ ਨੇ ਜੀ, ਪੱਠੇ ਛੇਟੇ ਵੀ ਪਾ ਲਈਦੇ ਨੇ, ਸਾਰਾ ਕੰਮ ਮਤਲਬ ਕਰ ਲਈਦਾ। ਠੀਕ ਹੈ ਜੀ, ਮਾਸ਼ਾਅੱਲਾ ਯੂਸਫ ਸਾਹਿਬ, ਤੁਸੀਂ ਬੜੀਆਂ ਸੋਹਣੀਆਂ ਗੱਲਾਂ ਕਰਦੇ ਹੋ, ਤੇ ਤੁਸੀਂ ਇਹ ਕੰਮ ਦੇ ਉਸਤਾਦ ਹੋ, 5 ਸਾਲ 3 ਹੋ ਗਏ ਨੇ ਤੁਹਾਨੂੰ। ਇਹ ਦੱਸੋ ਕਿ ਇਹਨਾਂ ਨੂੰ ਜ਼ਿਆਦਾਤਰ ਕਿਹੜੀ ਕਿਹੜੀ ਬਿਮਾਰੀ ਹੁੰਦੀ, ਅਤੇ ਉਹਨਾਂ ਦੇ ਕੋਈ ਦੇਸੀ ਇਲਾਜ? ਦੇਸੀ ਇਲਾਜ ਭਾਅ ਜੀ, ਇਹਨਾਂ ਨੂੰ ਕਦੇ ਇਹਨਾਂ ਨੂੰ ਮੁੱਖ ਆ ਜਾਂਦਾ, ਕਦੇ ਕੋਈ ਕੋਈ ਮਤਲਬ ਜਿਉਂ ਮੌਸਮ ਬਦਲਦਾ ਨੇ, ਇਹਨਾਂ ਨੂੰ ਕੋਈ ਨਾ ਕੋਈ ਬਿਮਾਰੀ ਆ ਜਾਂਦੀ ਆ। ਉਹ ਫਿਰ ਕਿਸੇ ਕਰੀਬੀ ਕਿਸੇ ਹਸਪਤਾਲ 'ਚ ਮਤਲਬ ਡਾਕਟਰਾਂ ਨਾਲ ਕਿਸੇ ਨਾਲ ਰਾਬਤਾ ਕਰੀਦਾ ਤਾਂ ਕਰ ਲਈਦਾ, ਨਹੀਂ ਤਾਂ ਫਿਰ ਆਪੀ ਮਤਲਬ ਦਵਾਈ ਟੀਕਾ ਪਿਆ ਕਰਦਾ, ਕਿਸੇ ਨੂੰ ਕਾਹਵਾ ਦੇ ਲਓ, ਕਿਸੇ ਨੂੰ ਡਾਕਟਰਾਂ ਦੇ ਕੋਲ ਬਹਿੰਦਾ ਰਹਿਦਾ, ਫਿਰ ਟੀਕਿਆਂ ਦਾ ਪਤਾ ਲੱਗ ਜਾਂਦਾ, ਟੀਕੇ ਲਿਆ ਕੇ ਫਿਰ ਵਾਅਦਾ ਪੇ ਲਿਆ। ਮਾੜੇ ਬੰਦਿਆਂ ਫਿਰ ਰੋਜ਼ ਡਾਕਟਰ ਨੂੰ ਪੈਸੇ ਵੀ ਨਹੀਂ ਦੇਣ ਹੁੰਦੇ। ਠੀਕ ਹੈ, ਟੀਕੇ ਹੋ ਗਏ, ਅਤੇ ਜਿਹੜਾ ਕੋਈ ਕਾਹਵਾ ਵਗੈਰਾ ਕਹਿ ਰਹੇ ਹੋ ਉਹ ਵੀ ਦੱਸੋ ਨਾ। ਉਹ ਇਹ ਜਾਂ ਕੋਈ ਦਾਲਚੀਨੀ ਪਾ ਲਈ, ਕੋਈ ਪੱਤੀ ਛੱਤੀ ਮਤਲਬ ਕੋਈ ਸੌਂਫ ਪਾ ਲਈ, ਮਤਲਬ ਗੁੜ ਛੋੜ ਦਾ ਕਾਹਵਾ ਸ਼ਾਵਾ ਬਣਾ ਕੇ ਦੇ। ਮੂੰਹ ਖੁਰ ਵਾਸਤੇ ਜਾਂ ਕਿਸੇ ਹੋਰ ਚੀਜ਼ ਵਾਸਤੇ? ਨਹੀਂ, ਆ ਕੋਈ ਮੇਜ਼ੇ ਦੇ ਵਿੱਚ ਹੁੰਦਾ ਜਾਂ ਕੋਈ ਛੋੜਕਾ ਲੱਗਿਆ ਹੁੰਦਾ ਇਸ ਵਕਤ? ਠੀਕ ਹੈ, ਤਾਂ ਉਹ ਟੀਕੇ ਬਾਜ਼ਾਰੋਂ ਲੱਭਦੇ ਨੇ, ਫਿਰ ਕੋਈ ਮਤਲਬ ਉਹ ਲਿਆ ਕੇ ਲਾ ਲਈਦੇ ਨੇ। ਕਾਫੀ ਜ਼ਿਆਦਾ ਨਵੇਂ ਦੋਸਤ ਹੈ ਕੰਮ ਕਰਨਾ ਚਾਹੁੰਦੇ ਨੇ, ਉਹਨਾਂ ਨੂੰ ਦੱਸੋ ਕਿ ਉਹਨਾਂ ਕੋਲ ਕਮ ਅਜ਼ ਕਮ ਕਿੰਨੇ ਪੈਸੇ ਹੋਣ, ਅਤੇ ਕਿੰਨੀਆਂ ਬੱਕਰੀਆਂ ਤੋਂ ਕੰਮ ਸ਼ੁਰੂ ਕਰਨ, ਅਤੇ ਫਿਰ ਕਿੰਨੀ ਦੇਰ ਲੱਗੇਗੀ ਉਹਨਾਂ ਦੀ ਆਮਦਨ ਸ਼ੁਰੂ ਹੋਣ 'ਤੇ।
ਉਹ ਭਾਅ ਜੀ ਆਮਦਨ ਜੇ ਹੁਣ ਇੱਕ ਬੰਦਾ ਉਹ ਯਕਦਮ ਦਿਹਾੜੀ ਦੇ ਵਿੱਚ ਉਹ 50 ਬੱਕਰੀਆਂ ਖਰੀਦ ਸਕਦਾ, ਇੱਕ ਮਾੜਾ ਬੰਦਾ ਉਹ ਦਿਹਾੜੀ ਵਿੱਚ 2 ਬੱਕਰੀਆਂ ਨਹੀਂ ਲਾ ਸਕਦਾ, ਉਹ ਫਿਰ ਉਹਨੇ ਆਪਣੇ ਹਿਸਾਬ ਨਾਲ ਟੁਰਨਾ, ਦੂਸਰੇ ਨੇ ਆਪਣੇ ਹਿਸਾਬ ਨਾਲ ਟੁਰਨਾ। ਕਮ ਅਜ਼ ਕਮ ਕਮ ਅਜ਼ ਕਮ ਮਾੜਾ ਬੰਦਾ ਜਿਹੜਾ ਉਹ 1-2 ਲਾ ਕੇ, 4 ਲਾ ਕੇ, ਫਿਰ ਆਸਤਾ ਆਸਤਾ ਉਹ ਆਸਤਾ ਕਾਰੋਬਾਰ ਉਹ ਵਧਣਾ ਹੀ ਹੈ। ਮੈਂ ਵੀ ਹੁਣ 1 ਤੋਂ ਸ਼ੁਰੂ ਕੀਤਾ ਸੀ, 1 ਤੁਹਾਡੇ ਕੋਲ ਲਈ, 1 ਕਿਸੇ ਹੋਰ ਕੋਲ ਲਈ, ਇੰਝ ਕਰਕੇ ਕੰਮ ਸ਼ੁਰੂ ਕੀਤਾ ਸੀ। ਅਤੇ ਅੱਲਾ ਦੀ ਜ਼ਾਤ ਨੇ ਮਤਲਬ ਕਿ ਬਾਂਹ ਫੜ ਲਈ, ਫਿਰ ਲੱਭ ਗਈਆਂ ਨੇ ਮਰ ਗਿਆ ਸਮ, ਉਹਨਾਂ ਦੇ ਵਿੱਚੋਂ ਫਿਰ ਵਾਕਤਾਂ ਪਈਆਂ ਬਣਦੀਆਂ ਨੇ। ਯਾਨੀ ਕਿ ਨਵਾਂ ਬੰਦਾ ਜਿਹੜਾ ਕੋਸ਼ਿਸ਼ ਕਰੇ, ਜਿੰਨੀਆਂ ਥੋੜ੍ਹੀਆਂ ਹੋ ਸਕਦੀਆਂ ਨੇ ਉਨੀਆਂ ਤੋਂ ਸ਼ੁਰੂ ਕਰੇ, ਉਹਦਾ ਤਜਰਬਾ ਵੀ ਹੋਈਏ, ਤਜਰਬਾ 5-6 ਤੋਂ 10 ਤੋਂ ਕਰ ਲੈ ਸ਼ੁਰੂ ਉਹ, ਆਸਤਾ ਆਸਤਾ ਉਹਨੂੰ ਸਾਲ ਉਹਨਾਂ ਦੀ ਮਾਰ ਖਾਏ, ਉਹਨਾਂ ਨੂੰ ਪਤਾ ਲੱਗੇ, ਔਰ ਫਿਰ ਆਸਤਾ ਆਸਤਾ ਉਹ ਸਮਝ ਵੀ ਜਾਏਗਾ। ਨਵੇਂ ਬੰਦੇ ਨੂੰ ਤਾਂ ਡਾਕਟਰ ਵੀ ਮਿਲ ਗਿਆ, ਅਸਾਂ ਫਿਰ ਦਿਲ ਕਹਿੰਦੇ 50 ਰੁਪਈਆਂ ਦਾ ਟੀਕਾ ਲੈਣਾ, ਨਵਾਂ ਬੰਦਾ ਲੈਣ ਜਾਏ ਮੇਰੇ ਡਾਕਟਰ ਸਾਹਿਬ ਆਓ, ਦਿਲ ਕਹਿੰਦੇ 1000 ਰੁਪਈਆ ਡਾਕਟਰ ਲਾ ਕੇ ਟੀਕਾ ਦਾ, ਉਪਰਾਂ ਟੁਰ 'ਚ ਬੁਖਾਰ ਦਾ ਨਿਕਲ ਜਾਏਗਾ। ਬਿਲਕੁਲ, ਸੋਹਣੀਆਂ ਗੱਲਾਂ ਕੀਤੀਆਂ ਜੇ। ਹੋਰ ਸਰ, ਤੁਹਾਡੇ ਕੰਮ ਦੇ ਮੁਤਲਕ ਕੋਈ ਅਹਿਮ ਗੱਲ ਜਿਹੜੀ ਮੈਂ ਨਹੀਂ ਪੁੱਛੀ, ਤੁਸੀਂ ਚਾਹੁੰਦੇ ਹੋ ਕਿ ਆਹ ਗੱਲ ਦਾ ਜ਼ਿਕਰ ਕਰਨਾ ਜ਼ਰੂਰੀ ਹੈ, ਕਿਉਂਕਿ ਗੱਲਾਂ ਤਾਂ ਕਾਫੀ ਹੁੰਦੀਆਂ ਨੇ। ਜੀ ਜੀ, ਹੈ ਕੋਈ ਹੋਰ ਜੀ? ਉਹ ਵੀ ਸਮਝ ਲਓ ਤੁਸੀਂ ਮਰਗਾ ਸਾਹਿਬ, ਅਸੀਂ ਤਾਂ ਮਤਲਬ ਤੁਹਾਨੂੰ ਦੱਸਣਿਆ ਪਿਆ, ਜੋ ਤੁਸੀਂ ਪੁੱਛਿਆ ਅਸਾਂ ਤੁਹਾਨੂੰ ਦੱਸ ਛੱਡਿਆ। ਅੱਲਾ ਦੀ ਜ਼ਾਤ ਦੇ ਜੇ ਨੇਕ ਨੀਤੀ ਨਾਲ ਕੰਮ ਕਰੀਏ ਤਾਂ ਅੱਲਾ ਦੀ ਜ਼ਾਤ ਦੇ ਜੇ ਬਰਕਤ ਵੀ ਦਿੰਦੀ ਹੈ। ਅਤੇ ਨਵੇਂ ਦੋਸਤਾਂ ਨੂੰ ਕੀ ਤੁਹਾਡਾ ਕੋਈ ਮੈਸੇਜ ਹੈ, ਕੀ ਕੋਈ ਮਸ਼ਵਰਾ ਜਿਹੜੇ ਇਹ ਕੰਮ ਕਰਨਾ ਚਾਹੁੰਦੇ ਨੇ? ਨਵੇਂ ਦੋਸਤ ਜਿਹੜੇ ਨੇ ਆਪਣੇ ਮਤਲਬ ਹਿਸਾਬ ਨਾਲ ਲਾ ਕੇ ਮਰਗਾ ਸੋ, ਉਹਨਾਂ ਦਾ ਆਪਣਾ ਹਿਸਾਬ ਲਾਉਣਾ ਵੀ ਕਿੰਨੇ ਜਾਨਵਰ ਉਹ ਰੱਖ ਸਕਦੇ ਨੇ, ਜਾਂ ਮਤਲਬ ਜ਼ਿਆਦਾ ਲੈ ਸਕਦੇ ਨੇ ਜਾਂ ਥੋੜ੍ਹੇ ਲੈ ਸਕਦੇ ਨੇ। ਇਹ ਤਾਂ ਉਸ ਆਪਣੇ ਉਸ ਜਵਾਨ ਦੀ ਮਰਜ਼ੀ ਹੈ ਜਿੰਨੇ ਕਰਨਾ। ਤੋਂ ਕਾਰੋਬਾਰ ਇਹ ਬਹੁਤ ਅੱਛਾ ਹੈ, ਜਿਹੜੇ ਭਰਾ ਨੇ ਕਰਨਾ ਬੜੀ ਖੁਸ਼ੀ ਨਾਲ ਕਰੇ, ਕੋਈ ਘਾਟੇ ਵੱਧ ਕੰਮ ਨਹੀਂ। ਜ਼ਿੰਦਗੀ ਮੌਤ ਅੱਲਾ ਦੀ ਜ਼ਾਤ ਕੋਲ, ਇਹ ਬੰਦੇ ਤਾਂ ਕਿਸੇ ਦੇ ਹੱਥ ਵੱਜ ਵਿੱਚ ਨਹੀਂ, ਨਾ ਤੁਹਾਡੇ ਵਿੱਚ ਨਾ ਮੇਰੇ ਵਿੱਚ।